ਇੱਕ ਮਿੰਟ ਤੁਸੀਂ ਓਕੇ ਨਾ ਕਰੇ ਜਾਰ ਪਕੜ ਲੋ ਕਿਆਂਗੇ ਉਹੀ ਯੂਜ਼ ਕਰਦਾ ਸੀ ਸਿੱਖਿਆ ਲੋ ਖਰਾ ਇਹ ਦੇਸੀ ਕੱਟਾ ਤੇ ਉਹਦੇ ਨਾਲ ਦੋ ਰਾਉਂਡਸ ਹੈਗੇ ਅੱਛਾ ਇੱਕ ਮੇਰੀ ਰਿਕੁਐਸਟ ਹੈ ਬਾਕੀ ਪਰ ਮੁਲਾਜ਼ਮ ਸਾਰੇ ਅੰਦਰ ਨਾ ਆ ਜਾਏ ਕੁਝ ਬੰਦੇ ਇਹਨੂੰ ਉਹ ਕਰਕੇ ਹੈਨਾ ਮੁਲਾਜ਼ਮ ਛੋੜ ਜਾਂਦਾ ਹੱਥ ਕਰੇ ਹੱਥ ਲਾ
ਉਹੀ ਸਭ ਕੁਛ ਕਰੋਗੇ ਉਸ ਤੋਂ ਬਾਅਦ ਮੈਂ ਲੱਗਣਾ ਕਾਗਜ਼ ਲੱਗ ਕੇ ਹੋ ਗਿਆ ਆਪਣੇ ਵਿੱਚ ਮਿਕਸ ਹੀ ਹੋ ਗਿਆ ਨਾ ਹਾਂਜੀ ਫਿਰੋਜ਼ਪੁਰ ਪੁਲਿਸ ਕੋ ਇੱਕ ਵੱਡੀ ਸਫਲਤਾ ਮਿਲੀ ਹੈ ਪਿਛਲੇ 10-15 ਦਿਨ ਸੇ ਅਸੀਂ ਬਹੁਤ ਸਾਰੇ ਪ੍ਰੀਵੈਂਟਿਵ ਮੈਜਰਸ ਲੈ ਰਹੇ ਸੀਗੇ ਔਰ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜੇ ਗਿਰੋਹ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ ਸਦਰ ਅਤੇ ਫਿਰੋਜ਼ਪੁਰ ਕੈਂਟ ਦੇ ਵਿੱਚ ਆਪਰੇਟ ਕਰ ਰਹੇ ਸੀਗੇ ਅਸੀਂ ਉਹਨੂੰ ਟਾਰਗੇਟ ਕੀਤਾ ਸੀਗਾ ਔਰ ਉਹਨੂੰ ਫੰਡ ਦਾ ਪਲਾਨ ਕੀਤਾ ਸੀਗਾ ਤੋ ਇਹਦੇ ਵਿੱਚ ਪਿਛਲੇ 2 ਦਿਨ ਦੇ ਵਿਚਕਾਰ ਅਸੀਂ 5 ਗੈਂਗ ਫੜਨ 'ਚ ਸਫਲ ਹੋਏ ਨੇ ਟੋਟਲ ਸਾਡੇ 11 ਦੋਸ਼ੀ ਗ੍ਰਿਫਤਾਰ ਹੋਏ ਨੇ ਅਤੇ 18 ਤੇ ਉੱਤੇ ਮੁਕੱਦਮੇ ਜਿਹੜੇ ਹੈਗੇ ਉਹ ਸੋਲਵ ਹੋਏ ਹੈ ਇਹਦੇ ਵਿੱਚ ਕਾਫੀ ਭਾਰੀ ਮਾਤਰਾ ਮੇ ਸਾਡੀ ਟੀਮ ਜਿਹੜੀ CIA ਦੀ ਟੀਮ ਹੈ ਜਿਹੜੀ ਸਦਰ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ ਔਰ ਸਪੈਸ਼ਲੀ ਕੈਂਟ ਫਿਰੋਜ਼ਪੁਰ ਦੀ ਟੀਮ ਨੇ ਕਾਫੀ ਭਾਰੀ ਮਾਤਰਾ ਮੇ ਰਿਕਵਰੀ ਵੀ ਕੀਤੀ ਹੈ ਟੋਟਲ 12 ਮੋਟਰਸਾਈਕਲ 2 ਐਕਟਿਕਵਾ ਰਿਕਵਰ ਹੋਏ ਨੇ 23 ਮੋਬਾਈਲ ਫੋਨ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਜਿਹੜੇ ਘਰ ਦੇ ਵਿਚਕਾਰ ਦਿਨ ਦਹਾੜੇ ਕੁਝ ਗੈਂਗਸ ਨੇ ਚੋਰੀ ਕੀਤੀ ਸੀਗੀ ਉਹਦੇ ਵਿੱਚ ਜਿਹੜੇ ਸੋਨੇ ਦੇ ਉਹਨਾਂ ਦੇ ਉਹ ਸੀਗੇ ਜਵੈਲਰੀ ਸੀਗੀ ਅਤੇ 27,000 ਰੁਪਏ ਸੀਗੇ ਵੱਖ ਵੱਖ ਅਲੱਗ ਅਲੱਗ ਜਗ੍ਹਾ 'ਤੇ ਸਨੈਚਿੰਗ ਹੋਈ ਸੀ ਉਹਨਾਂ ਦੇ ਵੀ ਉਹ ਸਾਰੇ ਕੁਝ ਰਿਕਵਰ ਹੋਏ ਨੇ ਅਤੇ ਇਸ ਤੋਂ ਇਲਾਵਾ 3 ਕਾਪੇ 1 ਕਿਰਚ ਅਤੇ 1 ਏਅਰ ਪਿਸਟਲ ਔਰ 1 ਦੇਸੀ ਕੱਟਾ ਵੀ ਇਹਦੇ ਵਿੱਚ ਅਸੀਂ ਰਿਕਵਰ ਕਰਨ 'ਚ ਸਫਲ ਹੋਏ ਨੇ ਜਿਹੜਾ ਇਸ ਦੌਰਾਨ ਸਭ ਤੋਂ ਵੱਡਾ ਗੈਂਗ ਜਿਹੜਾ ਫੜਿਆ ਗਿਆ ਹੈ ਉਹ SHO ਕੈਂਟ ਵੱਲੋਂ ਅਤੇ ਡਿਪਟੀ SP ਸਿਟੀ ਦੀ ਟੀਮ ਵੱਲੋਂ ਬਹੁਤ ਵਧੀਆ ਕੰਮ ਕਰਕੇ ਉਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਟੋਟਲ 6 ਦੋਸ਼ੀ ਗ੍ਰਿਫਤਾਰ ਨੇ ਇਹ ਯੂਜੁਅਲੀ ਰਾਤ ਮੇਂ ਆਪਰੇਟ ਕਰਦੇ ਸੀਗੇ ਸਾਰੋ ਦੀ ਉਮਰ 20 ਅਤੇ 30 ਦੇ ਵਿਚਕਾਰ ਸੀਗੀ ਇਹ ਸਾਰੇ ਨਵੇਂ ਹੈਗੇ ਇਹ ਸਾਰੇ ਇਨ ਪੇ ਪੁਰਾਣੇ ਕੋਈ ਮੁਕੱਦਮਾ ਦਰਜ ਨਹੀਂ ਸਿਰਫ ਇੱਕ ਪੇ ਜੋ ਤਰੁਣ ਹੈਗਾ ਉਹਦੇ ਉੱਪਰ ਇੱਕ ਮੁਕੱਦਮਾ ਦਰਜ ਹੈ ਇਹ ਪੂਰੇ ਗੈਂਗ ਨੇ ਕੈਂਟ ਮੇਂ ਰਾਤ ਮੇਂ ਦਿਨ ਮੇਂ ਇਹ ਯੂਜੁਅਲੀ ਟਾਰਗੇਟ ਕਰਦੇ ਸੀਗੇ ਜਿਹੜੇ ਵਲਨਰੇਬਲ ਹੈਗੇ ਜਾਂ ਵਿਮੈਨ ਨੂੰ ਟਾਰਗੇਟ ਕਰਦੇ ਸੀਗੇ ਜਾਂ ਓਲਡ ਕੋਈ ਜਾਂ ਕੋਈ ਫੈਮਿਲੀ ਦੇ ਨਾਲ ਜਾ ਰਿਹਾ ਹੈ ਜਾਂ ਕੋਈ ਜਿਵੇਂ ਗਵਰਨਮੈਂਟ ਇੰਪਲੋਈਜ਼ ਜਿਹੜੇ ਰਾਤ ਨੂੰ ਅਕੇਲੇ ਲੌਟ ਰਹੇ ਹੁੰਦੇ ਰੇਲਵੇ ਇੰਪਲੋਈਜ਼ ਉਹਨੂੰ ਟਾਰਗੇਟ ਕਰਦੇ ਸੀਗੇ ਅਤੇ SHO ਕੈਂਟ ਨੇ ਬਹੁਤ ਵਧੀਆ ਕੰਮ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਹੈ ਇਹ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਹਦੇ ਵਿੱਚ ਇੱਕ ਜਿਹੜਾ ਗਿਰੋਹ ਹੈ ਉਹਨੂੰ ਜਿਹਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਕੈਂਟ ਦੇ ਵਿੱਚ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਪਰ ਉਹ ਆਪਰੇਟ ਪੂਰਾ ਇੰਟਰ ਡਿਸਟ੍ਰਿਕਟ ਕਰਦਾ ਸੀ ਅਤੇ ਉਹਦੇ ਵਿੱਚ ਸਾਨੂੰ 9 ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਇਹ ਸਾਰੀ ਜ਼ਿਆਦਾਤਰ ਲੁਧਿਆਣਾ ਅਤੇ ਜਲੰਧਰ ਏਰੀਆ 'ਚ ਚੁਰਾਈ ਗਈ ਹੈ ਹਾਂਜੀ ਜਿਹੜਾ ਮੈਨੇ ਤੁਹਾਨੂੰ ਕਿਹਾ ਜਿਹੜਾ ਤੁਹਾਨੂੰ ਇਹਨੂੰ ਪਾਪੂਲਰਲੀ ਜਿਹਨੂੰ ਬੁਲਾ ਰਹੇ ਹੋ ਕਾਪਾ ਗੈਂਗ ਜਿਹਨੂੰ ਕਹਿ ਰਹੇ ਹੋ ਇਹ ਸਾਰੇ ਨਵੇਂ ਬੰਦੇ ਨੇ ਇਸ ਵਿੱਚ ਅਸੀਂ 5 ਦੋਸ਼ੀ ਗ੍ਰਿਫਤਾਰ ਕੀਤੇ ਹੈ ਅਤੇ ਕੁਛ ਜੁਵਨਾਇਲ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਜੋ ਵੀ ਐਸ ਪਰ ਲਾਅ ਬਣਦਾ ਹੈ ਉਹ ਵੀ ਕਾਰਵਾਈ ਕਰ ਰਹੇ ਨੇ ਕਾਪਾ ਗੈਂਗ ਸੀਗੇ ਇਹ ਕੀ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਦੇਖੋ ਇਹਨਾਂ ਦਾ MO ਬਹੁਤ ਹੀ ਨਵਾਂ ਥਾ ਇਹ ਰਾਤ ਨੂੰ ਯੂਜੁਅਲੀ ਆਪਰੇਟ ਕਰ ਰਹੇ ਸੀਗੇ ਦਿਨ 'ਚ ਇਹ ਆਪਣੇ ਕੰਮ ਕਰਦੇ ਸੀ ਅਤੇ ਉਹਦੇ ਬਾਅਦ ਰਾਤ ਮੇਂ ਇਹਨਾਂ ਦੀ ਉਮਰ 20 ਅਤੇ 30 ਸੀਗੀ ਇਹ ਜਿਹੜੇ ਮੈਨੇ ਕਿਹਾ ਤੁਹਾਨੂੰ ਵਲਨਰੇਬਲ ਜਿਹੜੇ ਏਰੀਆਜ਼ ਹੈਗੇ ਸਾਡੇ ਜਾਂ ਪੇ ਅੰਧੇਰਾ ਐਸੇ ਏਰੀਆ ਟਾਰਗੇਟ ਕਰਕੇ ਜੋ ਫੈਮਿਲੀ ਦੇ ਨਾਲ ਜਾ ਰਿਹਾ ਹੈ ਜਿਹੜੀ ਮਹਿਲਾਏ ਨੇ ਜਿਹੜੇ ਬਜ਼ੁਰਗ ਨੇ ਜਾਂ ਅਦਰਵਾਈਜ਼ ਜਿਹੜੇ ਇੰਪਲੋਈਜ਼ ਜਿਵੇਂ ਅਕੇਲੇ ਜਾਂਦੇ ਹੈ ਰਾਤ ਕੋ ਇੱਕ ਟਾਈਮ 'ਤੇ ਲੌਟ ਰਹੇ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੀ ਸਨੈਚਿੰਗ ਕਰਦੇ ਸੀਗੇ ਅਤੇ ਇਹ ਕਾਫੀ ਆਪਣੇ ਕਾਪੇ ਦੇ ਇਸਤੇਮਾਲ ਨਾਲ ਏਅਰ ਪਿਸਟਲ ਦੇ ਇਸਤੇਮਾਲ ਨਾਲ ਟੋਏ ਪਿਸਟਲ ਦੇ ਇਸਤੇਮਾਲ ਨਾਲ ਕੱਟੇ ਦੇ ਇਸਤੇਮਾਲ ਨਾਲ ਉਹਨੂੰ ਇੰਜਰ ਕਰਨ ਦੀ ਵੀ ਕੋਸ਼ਿਸ਼ ਕਰਦੇ ਸੀ ਦੇਖੀ ਇਹ ਸਾਰਾ ਕੁਝ ਤੇ ਡਾਕਟਰ ਦੇ ਟੈਸਟ ਕੇ ਬਾਅਦ ਹੀ ਅਸੀਂ ਤੌਰ 'ਚ ਕਹਿ ਪਾਏਂਗੇ ਕਲੀਅਰ ਤੌਰ 'ਚ ਕਹਿ ਪਾਂਗੇ ਸਾਰੇ ਛੋਟੀ ਉਮਰ ਦੇ ਹੈਗੇ ਇਹ ਸਾਰੇ 30 ਸਾਲ ਤੇ ਘੱਟ ਹੈਗੇ ਜਿਹੜੇ 11 ਦੋਸ਼ੀ ਗ੍ਰਿਫਤਾਰ ਹੋਏ ਨੇ ਉਨਮੇ ਸੇ ਸਿਰਫ ਇੱਕ 30 ਸਾਲ ਤੋਂ ਵੱਧ ਹੈ ਬਾਕੀ ਇਹ ਸਾਰੇ 30 ਸਾਲ ਤੋਂ ਘੱਟ ਨੇ ਤੇ ਯੂਜੁਅਲੀ ਇਹ ਸਾਰੇ ਫਿਰੋਜ਼ਪੁਰ ਏਰੀਆ ਤੇ ਸ਼ਹਿਰੀ ਏਰੀਆ ਦੇ ਹੀ ਰਹਿਣੇ ਵਾਲੇ ਹੈ
ਹਾਂਜੀ ਇਹਨਾਂ ਦੇ ਵਿਚਕਾਰ ਇਹਨਾਂ ਦੇ 11 ਦੋਸ਼ੀ ਗ੍ਰਿਫਤਾਰ ਹੋਏ ਨੇ, ਇਸ ਤੋਂ ਇਲਾਵਾ ਕੁਛ ਮਾਈਨਰ ਇਹਦੇ ਵਿੱਚ ਵੀ ਹੈਗੇ ਤੇ ਐਸ ਪਰ ਲਾ ਉਹਨਾਂ ਦੇ ਵੀ ਅਗੇਂਸਟ ਅਸੀਂ ਕਾਰਵਾਈ ਕਰਾਂਗੇ। ਮੈਮ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਦੇ ਲਈ ਕੀ ਸਿਵਲ ਡਰੈਸ ਦੇ ਵਿੱਚ ਮਹਿਲਾ ਜਿਹੜੀਆਂ ਸੀਗੀਆਂ ਕਾਂਸਟੇਬਲ, ਉਹ ਵੀ ਦੱਸਿਆ ਜਾਂਦਾ ਸੜਕਾਂ ਤੇ ਸੀਗੇ ਔਰ ਪੁਲਿਸ ਵੀ ਸੜਕ ਤੇ ਸੀ, ਆਮ ਲੋਕ ਬਣ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ? ਨਹੀਂ ਨਹੀਂ, ਦੇਖੀ ਡੈਫੀਨੇਟਲੀ ਪਿਛਲੇ 15-20 ਦਿਨ ਵਿੱਚ ਜਿਵੇਂ ਮੈਨੇ ਤੁਹਾਨੂੰ ਕਿਹਾ ਅਸੀਂ ਨਾਈਟ ਡੋਮੀਨੇਸ਼ਨ ਪਲਾਨ ਨੂੰ ਸਸ਼ਕਤ ਕੀਤਾ ਸੀ। ਸਾਡੇ ਐਸਪੀ ਡੀਐਸਪੀ ਹੈੱਡਕੁਆਰਟਰ ਉਹ ਰੋਜ਼ ਰਾਤ ਨੂੰ ਬਾਹਰ ਰਹਿੰਦੇ ਸੀਗੇ, ਸਾਡੇ ਡੈਪਟੀ ਐਸਪੀਜ਼ ਨੇ ਬਹੁਤ ਮਿਹਨਤ ਕੀਤੀ। ਇਸ ਤੋਂ ਇਲਾਵਾ ਜਿਹੜੇ 5 ਸਾਲ ਦੇ ਟੋਟਲ ਸਾਡੇ ਮੁਕੱਦਮੇ ਸੀਗੇ, ਹੌਟਸਪੌਟ ਸੀਗੇ ਸਨੈਚਿੰਗ ਕੇ, ਉਹਨਾਂ ਦੇ ਉੱਪਰ ਅਸੀਂ ਜ਼ੋਰ ਦਿੱਤਾ ਅਤੇ ਪਿਛਲੇ 20 ਦਿਨ ਸੇ ਜਿਹੜੀ ਸਾਡੀ ਸਿਟੀ ਦੀ ਟੀਮ ਹੈ, CIA ਦੀ ਟੀਮ ਹੈ, ਆਲ ਬੋਥ ਮੈਨ ਐਂਡ ਵੁਮੈਨ, ਉਹ ਸਿਵਲ ਡਰੈਸ 'ਚ ਬਾਹਰ ਰਹਿੰਦੇ ਸੀ ਅਤੇ ਇਹੀ ਕੋਸ਼ਿਸ਼ ਕਰ ਰਹੇ ਸੀਗੇ ਕਿ